ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਅਤੇ ਗੁੱਡ ਆਫਟਰਨੂਨ। ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਨਿਕ ਬਾਠ, ਫਿਲਾਡੈਲਫੀਆ, ਪੈਨਸਲਵੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਦਿਲ ਦੀਆਂ ਗੱਲਾਂ। ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਜਸ ਪਰਿਵਾਰ ਦੇ ਕਿਸੇ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@jasbroadcasting.com ਦੇ ਉੱਪਰ ਜਾਂ ਫਿਰ info@jasbroadcasting.com ਦੇ ਉੱਪਰ। ਅਤੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਆਪਣੀ ਕੋਈ ਵੀ ਦਿਲ ਦੀ ਗੱਲ ਕਰਨਾ ਚਾਹੁੰਦੇ ਹੋ, ਸਾਡੇ ਮਹਿਮਾਨ ਦੇ ਨਾਲ ਕੋਈ ਵੀ ਦਿਲ ਦੀ ਗੱਲ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਥੱਲੇ ਲਿਖੇ ਨੰਬਰ ਦੇ ਉੱਪਰ ਕਾਲ ਕਰਕੇ ਸਾਡੇ ਨਾਲ ਜ਼ਰੂਰ ਜੁੜ ਸਕਦੇ ਹੋ। ਸੋ ਦਰਸ਼ਕੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਆਪਣੀ 14ਵੀਂ ਵਰੇ ਗੰਢ, ਜਿਹੜਾ ਸਾਡਾ 14ਵਾਂ ਸਾਲ ਪੂਰਾ ਹੋਇਆ ਇਸ ਮਹੀਨੇ, ਉਸ ਨੂੰ ਮਨਾਉਂਦੇ ਹਾਂ। ਹਰ ਹਫ਼ਤੇ ਤੁਹਾਡੇ ਲਈ ਕੁਛ ਵਧੀਆ ਨਵਾਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਉਸੇ ਤਰ੍ਹਾਂ ਹੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ, ਅਸੀਂ ਜਿਸ ਤਰ੍ਹਾਂ ਘਰਾਂ ਦੇ ਵਿੱਚ ਬੈਠੇ, ਬਿਜ਼ਨਸ 'ਤੇ ਬੈਠੇ, ਇੱਕ ਬ੍ਰੇਕ ਟਾਈਮ ਦੇ ਵਿੱਚ ਜਿਹੜਾ ਸਾਡਾ ਖਾਸ ਕਰਕੇ ਜਿਹੜਾ ਸ਼ੋਅ ਦਾ ਟਾਈਮ ਹੁੰਦਾ ਆ, ਉਸ ਦੇ ਵਿੱਚ ਅਸੀਂ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਫਿਰ ਆਪਣੇ ਕਲਚਰ ਨਾਲ, ਆਪਣੇ ਸੱਭਿਆਚਾਰ ਨਾਲ, ਆਪਣੇ ਪਿਛੋਕੜ ਨਾਲ, ਜਾਂ ਫਿਰ ਸਾਡੀ ਇਸ ਕਮਿਊਨਿਟੀ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਜਿਹੜੇ ਵੀ ਸਾਡੇ ਸੀਨੀਅਰ ਨੇ ਜਾਂ ਜੂਨੀਅਰ ਨੇ, ਜਿਨ੍ਹਾਂ ਨੇ ਆਪਣੀ ਕੌਮ ਵਾਸਤੇ, ਆਪਣੇ ਮੁਲਕ ਵਾਸਤੇ, ਆਪਣੇ ਦੇਸ਼ ਵਾਸਤੇ ਅਤੇ ਆਪਣੀ ਕਮਿਊਨਿਟੀ ਵਾਸਤੇ ਆਪਣਾ ਜਿਹੜਾ ਜੀਵਨ ਦੇ ਕਾਫੀ ਸਾਲ ਜਿਹੜੇ ਗੁਜ਼ਾਰੇ ਨੇ, ਜਾਂ ਜਿਨ੍ਹਾਂ ਨੇ ਸ਼ੁਰੂਆਤ ਵੀ ਕੀਤੀ ਹੈ, ਉਹਨਾਂ ਦੇ ਨਾਲ ਅਸੀਂ ਤੁਹਾਡੀ ਜਾਣ ਪਹਿਚਾਣ ਕਰਾਉਂਦੇ ਹਾਂ ਹਰ ਹਫ਼ਤੇ। ਸੋ ਦਰਸ਼ਕੋ, ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈਗਾ ਵਾ, ਇਸ 'ਤੇ ਜਿਹੜੇ ਸਾਡੇ ਮਹਿਮਾਨ ਨੇ ਉਹ ਇੱਕ ਕੰਪੋਜ਼ਰ ਨੇ, ਮਿਊਜ਼ਿਕ ਡਾਇਰੈਕਟਰ ਨੇ, ਆਪਣਾ ਇੱਕ ਸਟੂਡੀਓ, ਰਿਕਾਰਡਿੰਗ ਸਟੂਡੀਓ ਵੀ ਰਨ ਕਰਦੇ ਨੇ, ਅਤੇ ਉਸ ਦੇ ਨਾਲ ਨਾਲ ਉਹ ਗਾਇਕੀ ਦੇ ਵਿੱਚ ਵੀ ਕਾਫੀ ਪ੍ਰਸਿੱਧ ਨੇ। ਅਤੇ ਉਹਨਾਂ ਦੇ ਮਿਊਜ਼ਿਕ ਦੇ ਵਿੱਚ ਤੁਸੀਂ ਕਾਫੀ ਸਾਰੇ ਗੀਤ, ਧਾਰਮਿਕ ਗੀਤ, ਲੋਕ ਗੀਤ ਜਿੱਥੇ ਸੁਣੇ ਨੇ ਉੱਥੇ ਉਹਨਾਂ ਨੂੰ ਮਹਾਰਤ ਹਾਸਲ ਹੈ। ਕਾਫੀ ਸਾਰੇ ਜਿਹੜੇ ਲੋਕ ਸਾਜ਼ ਨੇ, ਉਸ ਤੋਂ ਇਲਾਵਾ ਜਿਹੜੇ ਅੱਜ ਕੱਲ੍ਹ ਦੇ ਇਲੈਕਟ੍ਰੋਨਿਕ ਮੀਡੀਆ ਦੇ ਵੀ ਜਿਹੜੇ ਸਾਜ਼ ਨੇ, ਮਾਡਰਨ ਸਾਜ਼ ਨੇ ਜਿਹੜੇ, ਹੋਰ ਕਾਫੀ ਕੁਛ ਜੋ ਕੁਛ ਵੀ ਹੈ, ਇਹ ਉਹਨਾਂ ਦੀ ਜ਼ੁਬਾਨੀ ਆਪਾਂ ਉਹਨਾਂ ਕੋਲੋਂ ਹੀ ਸੁਣਾਂਗੇ। ਅਤੇ ਤੁਹਾਡੇ ਅਤੇ ਉਹਨਾਂ ਦੇ ਵਿੱਚ ਮੈਂ ਜ਼ਿਆਦਾ ਚਿਰ ਨਾ ਰਹਿੰਦਾ ਹੋਇਆ ਮੈਂ ਸਵਾਗਤ ਕਰ ਰਿਹਾ ਸਾਡੇ ਅੱਜ ਦੇ ਮਹਿਮਾਨ ਸਰਦਾਰ ਕਰਮਜੀਤ ਸਿੰਘ ਮੁੰਦਰੀ। ਸਰ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ, ਜਸ ਪੰਜਾਬੀ ਤੇ। ਥੈਂਕ ਯੂ ਜੀ ਨਿੱਕ ਬਾਠ ਜੀ, ਔਰ ਤੁਹਾਡੀ ਸਾਰੀ ਟੀਮ ਦਾ ਮੈਂ ਅੱਜ ਬੜਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਅੱਜ ਮੌਕਾ ਮੈਨੂੰ ਦਿੱਤਾ ਆ ਤੁਹਾਡੇ ਨਾਲ ਸਾਰਿਆਂ ਦੇ ਸਾਹਮਣੇ ਰੂਬਰੂ ਹੋਣ ਦਾ। ਅਤੇ ਤੁਹਾਡੀ ਇਹ ਜਿਹੜੀ 14ਵੀਂ ਵਰੇਗੰਢ ਤੁਸੀਂ ਮਨਾ ਰਹੇ ਜੇ, ਮੇਰੀਆਂ ਸਾਰੀ ਤੁਹਾਡੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਆ। ਔਰ ਤੁਸੀਂ ਬਹੁਤ ਇੱਕ ਚੰਗਾ ਉਪਰਾਲਾ ਕਰ ਰਹੇ ਹੋ ਆਪਣੇ ਕਲਚਰ ਨੂੰ, ਆਪਣੇ ਪੰਜਾਬ ਨੂੰ, ਆਪਣੇ ਲੋਕਾਂ ਨੂੰ, ਆਪਣੇ ਲੋਕਾਂ ਦੇ ਨਾਲ ਜਿਹੜੇ ਦੂਰ ਬੈਠੇ ਨੇ ਜਾਂ ਕਿਤੇ ਵੀ ਬੈਠੇ ਨੇ ਦੁਨੀਆਂ ਦੇ, ਪਰ ਕਿਸੇ ਵੀ ਕੋਨੇ ਵਿੱਚ ਉਹਨਾਂ ਨਾਲ ਤੁਸੀਂ ਉਹਨਾਂ ਨੂੰ ਮਿਲਾਉਂਦੇ ਜੇ ਇਹ ਆਪਣੇ ਪ੍ਰੋਗਰਾਮ ਦੇ ਗੱਲਾਂ ਵਿੱਚ, ਜਿਹੜਾ ਗੱਲਾਂ ਅਰ ਗੀਤ ਤੁਹਾਡਾ ਹੈਗਾ ਆ ਪ੍ਰੋਗਰਾਮ, ਇਹਦੇ ਵਿੱਚ ਤੁਸੀਂ ਦਿਲ ਦੀਆਂ ਗੱਲਾਂ ਇੱਕ ਦੂਜੇ ਨਾਲ ਕਰਾਉਂਦੇ ਜੇ, ਅਤੇ ਮੈਨੂੰ ਬੜੀ ਖੁਸ਼ੀ ਅੱਜ ਤੁਸੀਂ ਮੈਨੂੰ ਵੀ ਇਸ ਆਪਣੇ ਪ੍ਰੋਗਰਾਮ ਦੇ ਵਿੱਚ ਇਨਵਾਈਟ ਕੀਤਾ। ਥੈਂਕ ਯੂ ਜੀ ਸਰ। ਸਾਨੂੰ ਜਦੋਂ ਇੱਦਾਂ ਦੇ ਮਹਿਮਾਨ ਅਸੀਂ ਇੰਟਰੋਡਿਊਸ ਕਰਾਉਂਦੇ ਹਾਂ ਆਪਣੀ ਆਡੀਅੰਸ ਦੇ ਨਾਲ, ਤਾਂ ਸਾਨੂੰ ਫਖਰ ਹੁੰਦਾ ਆ ਕਿ ਇੱਕ ਐਕਸਪੀਰੀਅੰਸਡ, ਜਿਨ੍ਹਾਂ ਨੇ ਆਪਣੀ ਸਮਾਜ ਨੂੰ, ਆਪਣੇ ਕਲਚਰ ਨੂੰ ਇੰਨਾ ਲੰਬਾ ਸਮਾਂ ਸੇਵਾ ਦਿੱਤੀ ਹੈ। ਅਤੇ ਸਰ, ਆਪਾਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਇਹ ਸ਼ੌਂਕ ਤਾਂ ਬਚਪਨ ਤੋਂ ਹੀ ਹੁੰਦੇ ਨੇ, ਇਹ ਸ਼ੁਰੂਆਤ ਕਿੱਥੋਂ ਹੁੰਦੀ ਆ? ਤੁਹਾਡਾ ਪਿਛੋਕੜ, ਪਿੰਡ ਜਾਂ ਸ਼ਹਿਰ ਜਿੱਥੋਂ ਤੁਹਾਡੀ ਸ਼ੁਰੂਆਤ ਹੁੰਦੀ ਆ, ਉੱਥੋਂ ਪਲੀਜ਼ ਅਤੇ ਹੁਣ ਤੱਕ ਦਾ ਸਫ਼ਰ ਦੇ ਦੀਆਂ ਕੁਛ ਗੱਲਾਂ ਜ਼ਰੂਰ ਦੱਸੋ। ਦੇਖੋ ਜੀ, ਜਿਹੜੀ ਵੀ ਕੋਈ ਚੀਜ਼ ਸ਼ੁਰੂ ਹੁੰਦੀ ਕਿਸੇ ਵੀ ਇਨਸਾਨ ਦੇ ਵਿੱਚ, ਉਹਦੇ ਬਚਪਨ ਤੋਂ ਹੀ ਉਹਦੇ ਅੰਦਰੋਂ ਕੁਦਰਤੀ ਤੌਰ 'ਤੇ ਜੋ ਵਾਹਿਗੁਰੂ ਵੱਲੋਂ ਜਾਂ ਪਰਮਾਤਮਾ ਵੱਲੋਂ ਉਹਨੂੰ ਇੱਕ ਗੋਡ ਗਿਫਟਡ ਮਿਲਦੀ ਆ, ਅਤੇ ਉਹਦੇ 'ਚ ਉਹਦੀ ਸਪੈਸ਼ਲਿਸਟ ਹੀ ਬਣ ਜਾਂਦੀ ਆ। ਅਤੇ ਕਈ ਲੋਕ ਸ਼ੁਰੂ ਤੋਂ ਹੀ ਇੱਕ ਇਹੋ ਜਿਹੇ ਮਾਹੌਲ 'ਚ ਪੈਦਾ ਹੁੰਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਇਹੋ ਜਿਹੀ ਇੱਕ ਰੰਗਤ ਮਿਲਦੀ ਆ, ਜਿਹੜੇ ਕਿ ਉਹ ਅੱਗੇ ਜਾ ਕੇ ਕੋਈ ਇੰਜੀਨੀਅਰ, ਕਿਉਂਕਿ ਉਹਨਾਂ ਦਾ ਬੈਕਗ੍ਰਾਊਂਡ ਜਾਂ ਉਹਨਾਂ ਨੂੰ ਕੋਈ ਆਲਾ ਦੁਆਲਾ ਪੁਸ਼ ਕਰਦਾ ਆ, ਉਹ ਜਾਂ ਤਾਂ ਇੰਜੀਨੀਅਰ ਜਾਂ ਕੋਈ ਡਾਕਟਰ ਜਾਂ ਵਕੀਲ ਜਾਂ ਅਧਿਆਪਕ ਟੀਚਰ, ਉਹ ਕਿਸੇ ਵੀ ਤਰ੍ਹਾਂ ਜਾਂ ਕੋਈ ਮਿਊਜ਼ਿਕ ਦੇ ਮਾਮਲੇ 'ਚ, ਮਿਊਜ਼ਿਕ ਦੇ ਫੀਲਡ ਵਿੱਚ ਹਰ ਬੰਦਾ ਆਪਣੇ ਸ਼ੌਕ ਮੁਤਾਬਕ, ਆਪਣੀ ਰੁਚੀ ਮੁਤਾਬਕ ਜਾਂ ਆਪਣੇ ਵਾਤਾਵਰਨ ਦੇ ਇਹ ਨਾਲ ਜਿਹੜਾ ਜੁੜੀਆਂ ਹੋਈਆਂ ਕੁਛ ਚੀਜ਼ਾਂ ਨਾਲ ਕੁਛ ਹੁੰਦਾ ਆ, ਅਤੇ ਫਿਰ ਉਹਦੇ ਅੰਦਰ ਡਿਵੈਲਪ ਹੁੰਦੀਆਂ ਨੇ ਡੇ ਬਾਏ ਡੇ, ਹੌਲੀ ਹੌਲੀ, ਜਿਉਂ ਜਿਉਂ ਵੱਡਾ ਹੁੰਦਾ, ਜਿਉਂ ਜਿਉਂ ਗਰੋ ਅਪ ਕਰਦਾ, ਅਤੇ ਉਹ ਚੀਜ਼ਾਂ ਜਿਹੜੀਆਂ ਫਿਰ ਬੰਦੇ ਨੂੰ ਕਈ ਵਾਰੀ ਜਿਹੜਾ ਐਸਾ ਜਿਹਾ ਸ਼ੌਂਕ ਜਿਹੜਾ ਹੁੰਦਾ ਆ ਉਹ ਕਈਆਂ ਬੁਲੰਦੀਆਂ 'ਤੇ ਲੈ ਜਾਂਦਾ ਆ। ਇਹ ਸ਼ੌਕ ਦੀ ਗੱਲ ਆ, ਔਰ ਤੁਹਾਡਾ ਲਗਨ ਆ, ਤੁਹਾਡਾ ਇੰਟਰਸਟ ਆ, ਤੁਸੀਂ ਜਿਸ ਕੰਮ ਨੂੰ ਵੀ ਹੱਥ ਪਾਲੋ, ਜਿਸ ਕੰਮ 'ਚ ਵੀ ਆਪਣੀ ਤੁਸੀਂ ਪ੍ਰੈਕਟਿਸ ਕਰੋ,
ਤੇ ਉਹ ਤੁਹਾਨੂੰ ਉਹਦੇ ਵਿੱਚ ਤੁਹਾਡੇ ਆਲੇ ਦੁਆਲੇ ਦਾ, ਤੁਹਾਡੇ ਸਮਾਜ ਦਾ, ਤੁਹਾਡੇ ਲੋਕਾਂ ਦਾ, ਤੁਹਾਡੇ ਮਾਂ ਪਿਓ ਦਾ, ਤੁਹਾਡੇ ਸੱਜਣਾ ਮਿੱਤਰਾਂ ਦਾ, ਤੁਹਾਡੇ ਫੈਮਿਲੀ ਦਾ ਤੁਹਾਨੂੰ ਸਪੋਰਟ ਹੋਵੇ, ਤੇ ਮੇਰਾ ਖਿਆਲ ਆ ਕਿ ਉਹ ਕੰਮ ਤੁਸੀਂ ਜ਼ਰੂਰ ਉਹਦੇ ਵਿੱਚ ਕਾਮਯਾਬ ਹੁੰਦੇ। ਜੀ ਸਰ, ਸੋ ਇਸ ਟਾਈਮ ਤੁਸੀਂ ਕਿਸ ਜਗ੍ਹਾ ਤੇ ਤੁਹਾਡੀ ਰਿਹਾਇਸ਼ ਹੈਗੀ ਆ ਤੇ ਸਟੂਡੀਓ ਕਿੱਥੋਂ ਰਨ ਕਰਦੇ ਹੋ ਤੁਸੀਂ ਇਸ ਟਾਈਮ? ਦੇਖੋ ਜੀ, ਮੈਂ ਬੇਸਿਕਲੀ ਆਈ ਬਿਲੋਂਗ ਟੂ ਅੰਮ੍ਰਿਤਸਰ, ਅਤੇ ਇੱਥੇ ਮੇਰਾ ਜਨਮ ਹੋਇਆ ਔਰ ਇੱਥੇ ਮੈਂ ਰਹਿ ਰਿਹਾ ਹਾਂ। ਔਰ ਮੈਂ ਜਦੋਂ ਸਟੂਡੈਂਟ ਸੀ ਅਤੇ ਸਕੂਲ ਦੇ ਵਿੱਚ ਹੀ ਮੈਨੂੰ ਕਾਫੀ ਮੌਕਾ ਮਿਲਿਆ ਇਹ ਕੰਮ ਨੂੰ ਅੱਗੇ ਵਧਾਉਣ ਦਾ, ਉਦੋਂ ਤੋਂ ਹੀ ਮੈਂ ਇਹ ਕੰਮ ਨਾਲ ਜੁੜ ਗਿਆ। ਔਰ ਉਹਦੇ ਵਿੱਚ ਮੈਨੂੰ ਕਈ ਲੋਕਾਂ ਦਾ, ਬੜੇ ਚੰਗੇ ਲੋਕਾਂ ਦਾ ਸਾਥ ਮਿਲਿਆ, ਔਰ ਮੈਂ ਪ੍ਰੋਪਰ ਅਜੇ ਛੋਟਾ ਸਾਂ ਕਾਫੀ ਏਜ ਵਿੱਚ, ਅਤੇ ਮੈਨੂੰ ਇੱਕ ਚੰਗੇ ਉਸਤਾਦ ਵੀ ਲੱਭ ਗਏ, ਅਤੇ ਕਿਉਂਕਿ ਉਹ ਉਸਤਾਦ ਜਿਹੜੇ ਸੀ ਉਹਨਾਂ ਦੀ ਇੱਕ ਬੱਚਾ ਪਾਰਟੀ ਸੀ ਜਿਹੜੇ ਕਿ ਬੱਚਿਆਂ ਨੂੰ ਛੋਟੇ ਛੋਟੇ ਬਾਜਾਂ ਨੂੰ, ਤੋਤਲੀਆਂ ਬਾਜਾਂ ਨੂੰ ਲੈ ਕੇ ਅਤੇ ਉਹਨਾਂ ਨੂੰ ਥੋੜ੍ਹਾ ਪੋਲਿਸ਼ ਕਰਦੇ ਸੀ, ਉਹਨਾਂ ਨੂੰ ਪ੍ਰੈਕਟਿਸ ਕਰਦੇ ਸੀ, ਔਰ ਉਹਨਾਂ ਨੂੰ ਆਪਣੇ ਨਾਲ, ਉਹ ਫਿਰ ਇੱਕ ਬੱਚਾ ਐਂਡ ਪਾਰਟੀ ਸੀ, ਉਹ ਲੋਕਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਕਰਦੇ ਸੀ ਵੱਡੇ ਵੱਡੇ ਕਾਫੀ ਹਾਈ ਸਟੇਜਾਂ ਦੇ ਉੱਪਰ, ਅਤੇ ਮੈਨੂੰ ਉਦੋਂ ਤੋਂ ਫਿਰ ਉਹਨਾਂ ਨਾਲ ਜਾਣ ਦਾ ਮੈਨੂੰ ਮੌਕਾ ਮਿਲਦਾ ਰਿਹਾ, ਅਤੇ ਉਹਨਾਂ ਕੋਲ ਮੈਨੂੰ ਕਾਫੀ ਕੁਛ ਸਿੱਖਿਆ ਵੀ ਆ। ਮੈਂ ਅਤੇ ਸਾਡੇ ਜਿਹੜੇ ਆਦਰਣੀ ਉਸਤਾਦ ਸੀ ਨਿਰੰਜਨ ਦਾਸ ਜੀ, ਮਾਸਟਰ ਸੁਦਰਸ਼ਨ ਲਾਲ ਜੀ, ਉਹਨਾਂ ਕੋਲ ਮੈਂ ਕਾਫੀ ਇਸ ਸੰਗੀਤ ਦੀ ਤਾਲੀਮ ਲਈ ਆ। ਵੈਸੇ ਜਿਹੜਾ ਇਹ ਸ਼ੌਕ ਸੀ ਮੈਨੂੰ ਇਹ ਘਰੋਂ ਆਪਣੀ ਫੈਮਿਲੀ 'ਚੋਂ ਇੱਦਾਂ ਪਿਆ ਕਿ ਮੇਰੇ ਘਰ ਵਿੱਚ ਜਿਹੜੇ ਮੇਰੇ ਨਾਨਾ ਜੀ ਸੀ ਉਹ ਇੱਕ ਮੱਸਿਆ ਸੰਗਰਾਂਦ ਨੂੰ ਘਰ 'ਚ ਦੀਵਾਨ ਲਾਉਂਦੇ ਹੁੰਦੇ ਸੀ, ਅਤੇ ਉਹ ਬੜੇ ਢੋਲਕੀਆਂ ਛੈਣੇ ਅਤੇ ਬੜੀਆਂ ਧਾਰਨਾ ਉਹਨਾਂ ਪੜ੍ਹਨੀਆਂ, ਅਤੇ ਮੈਨੂੰ ਵੀ ਉੱਥੋਂ ਇਹ, ਮੈਂ ਲਾਗੇ ਜੁੜ ਕੇ ਬਹਿ ਜਾਣਾ ਅਤੇ ਮੇਰਾ ਵੀ ਦਿਲ ਕਰਦਾ ਹੁੰਦਾ ਸੀ ਮੈਂ ਵੀ ਢੋਲਕੀ ਵਜਾਵਾਂ ਜਾਂ ਮੈਂ ਇਹ ਚੀਜ਼ਾਂ ਕੁਛ ਵਜਾ ਕੇ ਲੋਕਾਂ ਨੂੰ ਦੱਸਾਂ। ਮੇਰੇ ਅੰਦਰੋਂ ਆਪਣੇ ਆਪ ਕੋਈ ਚਿਣਗੀ ਫੁੱਟਦੀ ਸੀ ਅਤੇ ਮੈਂ ਉਹਨੂੰ ਕੁਛ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਅਤੇ ਹੌਲੀ ਹੌਲੀ ਉਹ ਮੇਰਾ ਸ਼ੌਕ ਜਿਹੜਾ ਮੈਨੂੰ ਅੱਗੇ ਲੈ ਗਿਆ। ਜੀ, ਹੁਣ ਆਪਾਂ ਗੱਲ ਕੀਤੀ ਆ ਮੱਸਿਆ ਸੰਗਰਾਂਦ ਦੀ ਤੇ ਹਾਂਜੀ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਵੀ ਆ ਤੇ 14ਵੀਂ ਵਰੇ ਗੰਢ ਵੀ ਆ ਤੇ ਉਸ ਵਾਹਿਗੁਰੂ ਤੋਂ ਆਸ਼ੀਰਵਾਦ ਲੈ ਕੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਆ ਜੀ। ਬਿਲਕੁਲ ਬਿਲਕੁਲ ਠੀਕ ਹੈ ਜੀ। ਲਓ ਜੀ, ਮੈਂ ਜਿਸਾਂ ਕੋਈ ਵੀ ਕੰਮ ਆ ਜ਼ਿੰਦਗੀ ਦਾ ਉਹਨੂੰ ਗੁਰੂ ਮਹਾਰਾਜ ਅੱਗੇ ਉਹਦੇ ਚਰਨਾਂ 'ਚ ਅਰਦਾਸ ਕਰਕੇ ਆਪਾਂ ਚੱਲਦੇ ਹਾਂ, ਅਤੇ ਉਹ ਕੰਮ ਹਮੇਸ਼ਾ ਕਾਮਯਾਬ ਰਿਹਾ ਕਿਉਂਕਿ ਉਹਦਾ ਆਸਰਾ ਨਾਲ ਹੁੰਦਾ ਹੈ, ਉਹ ਨਾਲ ਹੁੰਦਾ, ਅੰਗ ਸੰਗ ਹੁੰਦਾ, ਅਤੇ ਮੈਂ ਵੀ ਉਹਦੇ ਅੱਗੇ ਅਰਦਾਸ ਕਰਨੀ ਆ, ਸਾਰੀ ਦੁਨੀਆ ਉਹਦੇ ਅੱਗੇ ਅਰਦਾਸ ਕਰਦੀ ਆ, ਅਤੇ ਮੈਂ ਵੀ ਕੁਛ ਲਫ਼ਜ਼ ਜਿਹੜੇ ਆ ਉਹ ਅਰਪਣ ਕਰ ਰਿਹਾ। ਇਹ ਲਿਖੇ ਤੇ ਬੜੇ ਵੱਡੇ ਕਲਾਮ ਜਿਹੜਾ ਬੁੱਲੇ ਸ਼ਾਹ ਜੀ ਦਾ ਉਹਨਾਂ ਨਾਲ ਲਿਖੇ ਨੇ, ਮੈਂ ਅਰਜ ਕਰ ਰਿਹਾ। ਕਿਉਂ
अबो सैयार अल देवानी वदाई अबो सैयार अल देवानी वदाई नेवर पाया ना जामाही नेवर पाया ना जामाही अबो सैयार रल दे ओ नी बदाई मैं भर पाया राजा माही मैं भर पाया राजा माही अज दा रोज मुबारक चढ़िया अज दा रोज मुबारक चढ़िया रांझा साडे नेड़े बड़िया अज दा रोज मुबारक चढ़िया रांझा साडे नेड़े बड़िया हथ कुंडी मोटे कंबल तरेया हथ कुंडी मोटे कंबल तरेया चकावाली शक्ति बनाई आवो सैयो रल देओ नी बधाई आवो सैयो रल देओ नी बधाई आपो सैयो रल देवो नी वदाई मैं भर पाया राजा माही मैं भर पाया राजा माही मैं भर पाया राजा माही जी बहुत खूब एक you. मिठास एक रून सकून मिल गया सानू भी ते जिहड़े साडे दर्शक भी इस टाइम सुन रहे होंगे क्योंकि ज अजकल दे जिहड़े माहौल ने हालात ने उस दे विच सानू लोड़ है इहो जिहियां गल्लां दी जिस दे नाल सानू एक रूहानी सकून मिलदा आ एक जिथे आपां दूजियां एक्टिविटीज़ दे नाल जुड़े हुंदे आ उस तों ऑन साइड होके सानू जदों इदां दा कुछ चंगा सुनन नूं मिलदा वा साडी रूह की खुराक मिलदी आ सानू ते साडा दिल बागो बाग हो जांदा आ सो इसे तरह ही आपां होर भी गलबात अगे अपनी जारी रहेगी साडे नाल साडे अज दे मेहमान करमजीत सिंह मुंदरी जुड़े ने ते अगले सैगमेंट दे विच असीं इहनां दीआं होर भी जिहड़ियां इहनां दे टैलेंट ने जिहड़े इहनां दे हुनर ने जिहड़ी इहनां दी मेहनत आ जिहड़ी इहनां दी जिहड़ी फील्ड हैगी उस दे विच इह किहड़ी किहड़ी महारत रखदे ने उस दे नाल तुहानूं जाणू करावांगे ते हुण वेला हो चलिया एक छोटी जिही ब्रेक जा साडे नाल साडे मेहमान भी इसे तरह जुड़े रहेंगे तुसीं भी इसे तरह जुड़े रहो मिलने आ छोटी जिही ब्रेक मिलदे आ ब्रेक तों बाद सति श्री अकाल दर्शको स्वागत एक बार फिर ब्रेक तों बाद प्रोग्राम दिल दीआं गल्लां दे विच ਫਿਲਾਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਅਤੇ ਤੁਸੀਂ ਵੀ ਜੇ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@jasbroadcasting.com ਦੇ ਉੱਪਰ ਜਾਂ ਫਿਰ info@jasbroadcasting.com ਦੇ ਉੱਪਰ ਅਤੇ ਤੁਹਾਡਾ ਕੋਈ ਵੀ ਬਿਜ਼ਨਸ ਹੈ ਕੋਈ ਵੀ ਟੈਲੈਂਟ ਹੈਗਾ ਵਾ ਕਿਸੇ ਵੀ ਤਰੀਕੇ ਦਾ ਕੋਈ ਈਵੈਂਟ ਹੈਗਾ ਆ ਕੁਛ ਵੀ ਹੈਗਾ ਤੁਸੀਂ ਪੂਰੀ ਦੁਨੀਆ ਤੱਕ ਜੇ ਪਹੁੰਚਾਉਣਾ ਚਾਹੁੰਦੇ ਹੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਡਾ ਜਸ ਪਰਿਵਾਰ ਦੇ ਜਿਹੜੇ ਪ੍ਰੋਗਰਾਮ ਨੇ ਵੱਖਰੇ ਵੱਖਰੇ ਸਮੇਂ ਦੇ ਵਿੱਚ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਸਾਰੇ ਹੀ ਪ੍ਰੋਗਰਾਮ ਜਿਹੜੇ ਨੇ ਉਹ ਪ੍ਰਸਾਰਿਤ ਕੀਤੇ ਜਾਂਦੇ ਨੇ ਅਤੇ ਉਸ ਦੇ ਵਿੱਚ ਤੁਹਾਡਾ ਮੈਸੇਜ ਜਿਹੜੀ ਹੈ ਪੂਰੀ ਦੁਨੀਆ ਤੱਕ ਅਸੀਂ ਪਹੁੰਚਾ ਸਕਦੇ ਹਾਂ ਭਾਵੇਂ ਉਹ ਕੈਨੇਡਾ ਦੀ ਗੱਲ ਹੋਵੇ ਭਾਵੇਂ ਉਹ ਅਮੈਰੀਕਾ ਦੀ ਗੱਲ ਹੋਵੇ ਭਾਵੇਂ ਨਿਊਜ਼ੀਲੈਂਡ ਦੀ ਹੋਵੇ ਭਾਵੇਂ ਆਸਟ੍ਰੇਲੀਆ ਦੀ ਹੋਵੇ ਭਾਵੇਂ UAE ਦੀ ਹੋਵੇ ਬੇਸਿਕਲੀ ਪੂਰੀ ਦੁਨੀਆ ਦੇ ਵਿੱਚ ਹੀ ਤੁਸੀਂ ਸਾਡੇ ਪ੍ਰੋਗਰਾਮ ਜਿਹੜੇ ਆ ਉਹ ਦੇਖ ਸਕਦੇ ਹੋ ਅਤੇ ਤੁਹਾਡਾ ਕੋਈ ਵੀ ਆਪਣਾ ਬਿਜ਼ਨਸ ਹੈਗਾ ਵਾ ਐਂਟਰਟੇਨਮੈਂਟ ਆਇਆ ਹੋਇਆ ਭਾਵੇਂ ਕੋਈ ਵੀ ਚੀਜ਼ ਹੈਗੀ ਆ ਤੁਸੀਂ ਆਪਣਾ ਹੁਨਰ ਕੋਈ ਵੀ ਹੈਗਾ ਵਾ
या कोई भी ताड़ी प्रमोशन है कुछ भी करवाना चाहते हो तो तुसी साडे नाल जुड़ सकते हो। सो अज दे जिहड़े साडे मेहमान ने करमजीत सिंह मुंदरी जिहड़े कि म्यूजिक कंपोजर ने उस दे नाल नाल वेरियस इंस्ट्रूमेंट जिहड़े ने वो वजा लैंदे ने कंपोज करदे ने ते आवाज़ तुसी उहनां दी सुन चुके हो बाखूब गाउंदे भी ने एक इतिहासक कह सकते हैं एक लीजेंड ने साडे कम्युनिटी दे विच जिहड़े कि साडी इस इंडस्ट्री नूं मिले ने ते स्वागत है सर तुहाडा एक बार फिर ब्रेक तो बाद। थैंक यू जी बाट साहब निकबाट जी और हाँ जी सर। सो आपां गलबात कर रहे सीगे जिथे एक आपां नूं एक रूहानी जिहड़ी गलबात सुनाई आपां दर्शकां नूं ते उस तो अगे प्रोग्राम तोरदे आपां गल करदे हां कि जिथे आपां आवाज़ सुनाई है दर्शकां नूं उस दे विच तुसी बखूबी नाल इंस्ट्रूमेंट भी प्ले कीते ने ਤੇ ਜੇ ਇੱਥੇ ਕੀ ਤੁਸੀਂ ਇੱਕ ਕੰਪੋਜ਼ਰ ਵੀ ਹੋ ਤੇ ਉਹ ਜਿਹੜਾ ਕੰਪੋਜ਼ਰ ਫੀਲਡ ਬਾਰੇ ਜ਼ਰੂਰ ਜਾਣਕਾਰੀ ਦਈਏ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਦਾ ਮਿਊਜ਼ਿਕ ਤੁਸੀਂ ਕੰਪੋਜ਼ ਕਰਦੇ ਹੋ ਤੇ ਕਿੱਥੋਂ ਤੱਕ ਜਾਂ ਕਿਹੜੇ ਕਿੱਥੇ ਕਿੱਥੇ ਤੱਕ ਅੱਜ ਤੱਕ ਤੁਹਾਡੇ ਮਿਊਜ਼ਿਕ ਜਿਹੜੇ ਨੇ ਕਿਹੜੇ ਕਿਹੜੇ ਗਾਇਕਾਂ ਦੇ ਥਰੂ ਮਾਰਕੀਟ 'ਚ ਆਏ ਨੇ। ਦੇਖੋ ਜੀ ਇਹ ਕੰਪੋਜ਼ਿੰਗ ਜਿਹੜੀ ਆ ਇਹ ਤੁਹਾਡੀ ਆਪਣੀ ਇੱਕ ਸੋਚ ਆ ਕਿੱਦਾਂ ਤੁਸੀਂ ਉਹਨੂੰ ਲੈਂਦੇ ਜੇ ਇੰਸਟਰੂਮੈਂਟ ਰਾਹੀਂ ਲੈਂਦੇ ਜੇ ਜਾਂ ਹੋਰ ਕੋਈ ਮਿਊਜ਼ਿਕ ਉਹਦੀ ਕੰਪੋਜੀਸ਼ਨ ਬਣਾਉਂਦੇ ਜੇ ਕੋਈ ਗਾਣੇ ਦੀ ਉਹਨੂੰ ਕੰਪੋਜ਼ ਕਰਦੇ ਜੇ ਅਤੇ ਮੈਂ ਇਹ ਦੋਨੋਂ ਕੰਮ ਹੀ ਕਰਦਾ ਹਾਂ। ਜਿਹੜੀ ਇੱਕ ਤਾਂ ਗੀਤ ਦੀ ਕੰਪੋਜੀਸ਼ਨ ਆ ਕੋਈ ਮੇਰੇ ਕੋਲ ਮੰਨ ਲਓ ਸ਼ਾਇਰ ਦਾ ਗੀਤ ਕੋਈ ਆਰਟਿਸਟ ਲੈ ਕੇ ਆਉਂਦਾ ਉਹਨੂੰ ਮੈਂ ਕੰਪੋਜ਼ ਕਰਦਾ ਕਿ ਉਹ ਗੀਤ ਦੀ ਫੀਲਿੰਗ ਕਿੱਦਾਂ ਦੀ ਆ ਉਹਨੂੰ ਕਿਸ ਤਰ੍ਹਾਂ ਦਾ ਪਿੱਛੇ ਬੈਕ ਚਾਹੀਦੀ ਆ ਕਿੱਦਾਂ ਦਾ ਉਹਦਾ ਸੁਰ ਚਾਹੀਦਾ ਆ ਫਿਰ ਉਹਦੇ ਮੁਤਾਬਕ ਮੈਂ ਸੋਚ ਲਾਂ ਅਤੇ ਫਿਰ ਆਪੇ ਹੀ ਉਹ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਇੱਕ ਚੰਗਾ ਰਸਤਾ ਮਿਲਦਾ ਆ ਅਤੇ ਰਸਤਾ ਤਾਂ ਉਹਦੀ ਕਿਰਪਾ ਨਾਲ ਹੀ ਬੰਦੇ ਨੂੰ ਮਿਲਦਾ ਆ ਰਾਹ ਮਿਲਦੇ ਨੇ ਅਤੇ ਫਿਰ ਮੈਨੂੰ ਆਪਣੇ ਆਪ ਹੀ ਉਹ ਇੱਕ ਮੇਰੇ ਮਨ 'ਚ ਉੱਠਦਾ ਆ ਕਿ ਇਹ ਗੀਤ ਜਿਹੜਾ ਉਹ ਇੱਦਾਂ ਦਾ ਹੋਣਾ ਚਾਹੀਦਾ ਆ ਤਾਂ ਕਿ ਇਹ ਵਧੀਆ ਰਹਿ ਸਕਦਾ ਆ ਫਿਰ ਮੈਂ ਉਸ ਆਰਟਿਸਟ ਨੂੰ ਉਹਦੀ ਪਹਿਲਾਂ ਆਵਾਜ਼ ਦਾ ਸਕੇਲ ਚੈੱਕ ਕਰਕੇ ਫਿਰ ਉਹਨੂੰ ਮੈਂ ਕੰਪੋਜ਼ ਕਰਦਾ ਉਹਦੇ ਵਿੱਚ ਸਾਡਾ ਜਿਹੜਾ ਸਟੂਡੀਓ ਆ ਐਸ ਕਮਲ ਸਟੂਡੀਓ ਇੱਥੇ ਅਤੇ ਉਹਦੇ ਵਿੱਚ ਮੇਰਾ ਜਿਹੜਾ ਬੇਟਾ ਆ ਉਹ ਹੈਗਾ ਆ ਰਿਕਾਰਡਿਸਟ ਇੰਜੀਨੀਅਰ ਆ ਉਹ ਕੰਮ ਰਿਕਾਰਡਿੰਗ ਦਾ ਕਰਦਾ ਮੈਂ ਕੰਪੋਜ਼ਿੰਗ ਦਾ ਔਰ ਮਿਊਜ਼ਿਕ ਦਾ ਕਰਦਾ ਹਾਂ ਕਿਉਂਕਿ ਮੈਂ ਕਾਫੀ ਸਾਲ ਆਲ ਇੰਡੀਆ ਰੇਡੀਓ ਦਾ ਇੱਕ ਆਰਟਿਸਟ ਵੀ ਰਿਹਾ ਹਾਂ 83 ਤੋਂ ਲੈ ਕੇ ਮੈਂ ਕਾਫੀ 25 ਸਾਲ ਰੇਡੀਓ 'ਤੇ ਗਾਇਆ ਆ ਔਰ ਉਸ ਤੋਂ ਬਾਅਦ ਦੂਰਦਰਸ਼ਨ 'ਤੇ ਕਾਫੀ ਜਿਹੜੇ ਮਿਆਰੀ ਪ੍ਰੋਗਰਾਮ ਸੀ ਉਹਨਾਂ 'ਚ ਮੈਂ ਇੱਕ ਬੈਕਗਰਾਊਂਡ 'ਤੇ ਮਿਊਜ਼ਿਕ ਵੀ ਇੰਸਟਰੂਮੈਂਟ ਵੀ ਕਰਦਾ ਰਿਹਾ ਹਾਂ ਅਤੇ ਕਾਫੀ ਜਿਹੜੇ ਨਾਮਵਰ ਬੰਦੇ ਆ ਉਹਨਾਂ ਨਾਲ ਵੀ ਸਾਨੂੰ ਉੱਥੇ ਮਿਲਣ ਦਾ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਆ ਅਤੇ ਮੈਂ ਮਿਊਜ਼ਿਕ ਦੇ ਵਿੱਚ ਕੁਛ ਜਿਹੜੇ ਸਾਜ਼ ਨੇ ਉਹ ਮੈਂ ਆਪ ਹੀ ਕਰ ਲੈਂਦਾ ਹਾਂ ਕਿਉਂਕਿ ਫਿਰ ਮੈਂ ਉਹਨਾਂ ਵਾਸਤੇ ਬਾਹਰੋਂ ਬੰਦੇ ਨੂੰ ਹਾਇਰ ਨਹੀਂ ਕਰਦਾ ਅਤੇ ਜਿਹੜੇ ਮੈਂ ਕਰ ਸਕਦਾ ਉਹਨੂੰ ਮੈਂ ਜ਼ਰੂਰ ਆਪ ਹੀ ਕਰਦਾ ਹਾਂ ਜਿਸ ਤਰ੍ਹਾਂ ਉਹਦੇ ਵਿੱਚ ਮੈਂ ਤੂੰਬੀ ਹੋ ਗਈ ਜਿਵੇਂ ਢੱਡ ਹੋ ਗਈ ਡਾਰੀਆ ਹੋ ਗਿਆ ਕੋਈ ਢੋਲ ਹੋ ਗਿਆ ਜਾਂ ਹੋਰ ਕੋਈ ਬੋਂਗੋ ਕੋਈ ਵੈਸਟਰਨ ਵੀ ਚੀਜ਼ ਕਈ ਕਰਨੀ ਹੈ ਅਤੇ ਵੈਸਟਰਨ ਮੈਂ ਬੋਂਗੋ ਬੋਂਗੋ ਵੀ ਕਰਦਾ ਉਹ ਸਾਰਾ ਕੀਬੋਰਡ 'ਚੋਂ ਵੀ ਕਰਦਾ ਹਾਂ ਹਾਰਮੋਨੀਅਮ ਵੀ ਕਰਦਾ ਉਹ ਮੈਂ ਸਾਰਾ ਆਪ ਹੀ ਮੈਂ ਕਰ ਲੈਂਦਾ ਪਹਿਲਾਂ ਕੰਪੋਜ਼ ਕਰਦਾ ਮਿਊਜ਼ਿਕ ਕਿ ਕਿੱਦਾਂ ਦਾ ਇਹ ਮਿਊਜ਼ਿਕ ਬਣਨਾ ਚਾਹੀਦਾ ਕਿੱਦਾਂ ਦੀ ਕੰਪੋਜੀਸ਼ਨ ਹੋਣੀ ਚਾਹੀਦੀ ਆ ਫਿਰ ਹੋਰ ਗਾਣੇ ਦੇ ਬੋਲਾਂ ਦੇ ਮੁਤਾਬਕ ਗੀਤ ਬਣਦਾ ਆ ਅਤੇ ਕੰਪੋਜੀਸ਼ਨ ਬਣਦੀ ਆ ਫਿਰ ਉਹਨੂੰ ਅਸੀਂ ਰੈਡੀ ਕਰਦੇ ਹਾਂ ਫਿਰ ਆਰਟਿਸਟ ਨੂੰ ਉੱਥੇ ਡਬਿੰਗ ਲੱਲੀ ਦੀ ਉਹਦੀ ਵਾਇਸ ਲੈ ਕੇ ਫਿਰ ਉੱਥੇ ਸਾਰਾ ਕੰਮ ਵਰਕ ਸ਼ੁਰੂ ਹੋ ਜਾਂਦਾ ਫਿਰ ਜੋ ਜੋ ਰਿਕੁਆਇਰਮੈਂਟ ਹੁੰਦੀ ਉਹਦੇ ਮੁਤਾਬਕ ਉਹਨੂੰ ਅਸੀਂ ਕਰਕੇ ਅਤੇ ਫਿਰ ਇੱਕ ਮਾਸਟਰ ਤਿਆਰ ਕਰੀ ਇਹ ਕੰਮ ਕਰਦੇ ਅਸੀਂ ਜੀ। ਆਪਾਂ ਜਿੱਥੇ ਗੱਲਬਾਤ ਕਰ ਰਹੇ ਹਾਂ ਹੋਰ ਵੀ ਗੱਲਾਂ ਨੇ ਉਹ ਉਸ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲਦਾ ਰਹਿਣਾ ਚਾਹੀਦਾ ਆ ਸੋ ਆਪਾਂ ਹੁਣ ਦਰਸ਼ਕਾਂ ਨੂੰ ਕੀ ਸੁਣਾਵਾਂਗੇ ਤੇ ਨਾਲ ਹੀ ਆਪਾਂ ਇੱਕ ਅੱਧਾ ਕੋਈ ਇੰਸਟਰੂਮੈਂਟ ਜਿਹੜਾ ਆ ਉਹ ਵੀ ਹਾਂ ਮੈਂ ਬਿਲਕੁਲ ਬਿਲਕੁਲ ਇੱਕ ਮੈਂ ਆਪਣੀ ਕੈਸਟ ਦਾ ਗੀਤ ਆਪਣਾ ਹੀ ਕੰਪੋਜ਼ ਕੀਤਾ ਹੋਇਆ ਜਿਹੜਾ ਸੀ ਉਹ ਤੁਹਾਨੂੰ ਸੁਣਾ ਰਿਹਾ ਹਾਂ ਮੇਰੀਆਂ ਕਾਫੀ ਕੈਸਟਸ ਨੇ ਟੀ ਸੀਰੀ 'ਚ ਪੈਰੀਟਾਊਨ ਕੰਪਨੀ 'ਚ ਨੇ ਔਰ ਦੂਰਦਰਸ਼ਨ 'ਤੇ ਜਿਹੜੇ ਕਾਫੀ ਪ੍ਰੋਗਰਾਮ ਸੀ ਜਿਹੜਾ ਜਿਸ ਤਰ੍ਹਾਂ ਇੱਕ ਕਲੱਬ ਸੁਰਮੇ ਦੀ ਸ਼ਾਮ ਸੰਦੂਰੀ ਮਹਿਕਣ ਦੰਦਾ ਉਹਦੇ ਵਿੱਚ ਅਸੀਂ ਸਾਰਾ ਕੰਮ ਕਰਦੇ ਰਹੇ ਹਾਂ ਕਾਫੀ ਸਾਲ
ਤੇ ਮੈਂ ਤੁਹਾਨੂੰ ਆਪਣਾ ਹੀ ਇੱਕ ਕੰਪੋਜ਼ ਕੀਤਾ ਗੀਤ ਆਪਣੀ ਹੀ ਕੈਸਟ ਦਾ ਸੁਣਾ ਰਿਹਾ ਆ। ਉਹ ਗੀਤ ਬੜੇ ਸ਼ਾਇਰ ਨੇ ਲਿਖਿਆ ਜੀ, ਉਹ ਇੱਕ ਨਿਰਸ਼ਲ ਸਾਹਿਬ ਸੀ ਉਹਨਾਂ ਦਾ ਲਿਖਿਆ ਗੀਤ ਆ, ਮੈਂ ਕਾਫੀ ਸਾਲ ਪਹਿਲਾਂ ਗਾਇਆ ਸੀ ਇਹ। ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਦੇ ਉੱਪਰ ਲਿਖਿਆ ਗਿਆ ਸੀ, ਧਾਰਮਿਕ ਗੀਤ ਸੀ। ਇੱਕ ਇਤਿਹਾਸਕਾਰ ਕਿਸ ਤਰ੍ਹਾਂ ਸਾਰੇ ਰੰਗ ਲਾਗੇ ਰੱਖੇ ਨੇ ਤੇ ਤਸਵੀਰ ਬਣਾ ਲਿਆ ਗੁਰੂ ਸਾਹਿਬ ਦੀ, ਤੇ ਉਹ ਤਸਵੀਰ ਬਣਾਉਂਦਾ ਬਣਾਉਂਦਾ ਉਹਦੇ ਮਨ 'ਚ ਜੋ ਜਜ਼ਬਾਤ ਨੇ, ਉਹਦੇ ਵਲਵਲੇ ਜਿਹੇ ਨੇ, ਉਹ ਮੈਂ ਤੁਹਾਨੂੰ ਇਸ ਗੀਤ ਨੂੰ ਕੰਪੋਜ਼ ਕਰਕੇ ਜਿਹੜਾ ਬਣਾਇਆ ਸੀ ਉਹ ਮੈਂ ਸੁਣਾ ਰਿਹਾ। ਗਲਗੀ ਤਰ ਦਸਵੇਂ ਚ ਪਿਤਾ ਦੀ ਦਰਦਾਂ ਭਰੀ ਕਹਾਣੀ, ਮਾਤਾ ਪਿਤਾ ਤੇ ਪੁੱਤਰ ਵਾਰੇ ਵਾਰ ਦਿੱਤੀ ਜ਼ਿੰਦਗਾਨੀ, ਮਾਂ ਗੁਜਰੀ ਦੇ ਰਾਜ ਦੁਲਾਰੇ ਦਾ ਨਹੀਂ ਕੋਈ ਦਿਸਦਾ ਸਾਨੀ, ਨਹੀਂ ਕਰਨੀ ਕਿਸੇ ਉਹਦੇ ਵਰਗੀ ਜਗ ਦੇ ਵਿੱਚ ਕੁਰਬਾਨੀ, ਜਗ ਦੇ ਵਿੱਚ ਕੁਰਬਾਨੀ। ਉਸ ਨੀਲੇ ਘੋੜੇ ਵਾਲੇ ਦੀ, ਉਸ ਨੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ, ਤਸਵੀਰ ਬਣਾਵਣ ਲੱਗਦਾ ਵਾ ਤਸਵੀਰ ਬਣਾਈ ਜਾਂਦੀ। ਉਸ ਨੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ, ਤਸਵੀਰ ਬਣਾਵਣ ਲੱਗਦਾ ਵਾ ਤਸਵੀਰ ਬਣਾਵਣ ਲੱਗਦਾ ਵਾ ਤਸਵੀਰ ਬਣਾਈ ਜਾਂਦੀ ਨਹੀਂ। ਉਸ ਨੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ। ਉਸ ਖੂਨ ਪੁੱਤਾਂ ਦਾ ਚੋ ਚੋਕੇ ਉਸ ਖੂਨ ਪੁੱਤਾਂ ਦਾ ਚੋ ਚੋਕੇ ਇੱਕ ਮਹਿਲ ਬਣਾਇਆ ਸਿੱਖੀ ਦਾ, ਪਰ ਮੇਰੇ ਰੰਗ ਬਜ਼ਾਰੀ ਨੇ ਪਰ ਮੇਰੇ ਰੰਗ ਬਜ਼ਾਰੀ ਨੇ ਵਿੱਚ ਰਤ ਚੁਵਾਈ ਜਾਂਦੀ ਨਹੀਂ, ਤਸਵੀਰ ਬਣਾਵਣ ਲੱਗਦਾ ਵਾ ਤਸਵੀਰ ਬਣਾਈ ਜਾਂਦੀ। ਉਸ ਨੀਲੇ ਘੋੜੇ ਵਾਲੇ ਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ। Thank you.
ਸੀ ਅਣਖੀ ਮਰਦੀ ਆ ਗੰਬੜੇ ਦੇ ਬਿਆ ਨਿਰਛਲ ਚਰਚੇ ਕਰਦਾ ਏ ਉਹਦੀ ਦਰਦਾਂ ਭਰੀ ਕਹਾਣੀ ਜੋ ਉਹਦੀ ਦਰਦਾਂ ਭਰੀ ਕਹਾਣੀ ਜੋ ਮੈਥੋਂ ਸੁਣਵਾਈ ਜਾਂਦੀ ਨਹੀਂ ਤਸਵੀਰ ਬਣਾਵਣ ਲੱਗਦਾ ਵਾ ਤਸਵੀਰ ਬਣਾਈ ਜਾਂਦੀ ਉਸਨੀ ਨੇ ਕੋਲੇ ਵਾਲੇ ਦੀ ਕੋਈ ਗੱਲ ਨੀ ਸੁਣਾਈ ਜਾਂਦੀ ਉਸ ਨੀਲੇ ਘੋੜੇ ਵਾਲੇ ਦੀ ਕੋਈ ਗੱਲ ਨੀ ਸੁਣਾਈ ਜਾਂਦੀ ਕੋਈ ਗੱਲ ਸੁਣਾਈ ਜਾਂਦੀ ਕੋਈ ਗੱਲ ਸੁਣਾਈ ਜਾਂਦੀ ਕੋਈ ਗੱਲ ਸੁਣਾਈ ਜਾਂਦੀ ਨਹੀਂ ਜੀ ਬਾਖੂਬ ਬਹੁਤ ਖੂਬ ਅਤੇ ਵੇਲਾ ਦਰਸ਼ਕੋ ਹੋ ਚੱਲਿਆ ਆ ਬ੍ਰੇਕ ਦਾ ਅਗਲੀ ਗੱਲਬਾਤ ਕਰਦੇ ਹਾਂ ਬ੍ਰੇਕ ਤੋਂ ਬਾਅਦ ਜਾਇਓ ਕਿਸੇ ਨਾ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਫਿਲਾਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ ਅਤੇ ਜੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਜਾਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੁਹਾਡਾ ਕੋਈ ਵੀ ਟੈਲੈਂਟ ਹੈਗਾ ਵਾ ਕਿਸੇ ਵੀ ਤਰੀਕੇ ਦਾ ਕੋਈ ਈਵੈਂਟ ਹੈਗਾ ਵਾ ਕੋਈ ਬਿਜ਼ਨਸ ਹੈਗਾ ਜੇ ਤੁਸੀਂ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਡੇ ਜਿਹੜੇ ਖਾਸ ਮਹਿਮਾਨ ਨੇ ਅੱਜ ਕਰਮਜੀਤ ਸਿੰਘ ਮੁੰਦਰੀ ਜਿਹੜੇ ਕਿ ਮਿਊਜ਼ਿਕ ਕੰਪੋਜ਼ਰ ਨੇ ਉਸ ਦੇ ਨਾਲ ਨਾਲ ਕਾਫੀ ਸਾਰੇ ਇੰਸਟਰੂਮੈਂਟਸ ਜਿਹੜੇ ਨੇ ਉਹ ਖੁਦ ਵਜਾਉਂਦੇ ਨੇ ਅਤੇ ਇੱਕ ਉਹਨਾਂ ਦੀ ਹੋਰ ਖਾਸੀਅਤ ਹੈ ਕਿ ਉਹ ਗਾਉਂਦੇ ਵੀ ਬਹੁਤ ਵਧੀਆ ਨੇ ਇੱਕ ਜਿਹੜਾ ਇੱਕ ਵਿਰਸਾ ਪੰਜਾਬੀ ਗਾਇਕੀ ਜਿਹੜੀ ਉਹਨਾਂ ਨੇ ਜਿਹੜਾ ਸੰਭਾਲ ਕੇ ਰੱਖੀ ਹੈ ਸਾਡੇ ਕੋਲ ਬਹੁਤ ਚੰਦ ਕੁਛ ਕੁ ਹੀ ਐਸੇ ਜਿਹੜੇ ਕਲਾਕਾਰ ਨੇ ਫਨਕਾਰ ਨੇ ਇਸ ਟਾਈਮ ਮੌਜੂਦ ਨੇ ਅਤੇ ਉਹਦੇ ਵਿੱਚੋਂ ਸਾਨੂੰ ਇੱਕ ਸੁਭਾਗ ਹਾਸਲ ਹੋਇਆ ਕਿ ਉਹ ਅੱਜ ਸਾਡੇ ਮਹਿਮਾਨ ਨੇ ਸੋ ਸਰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਹਾਂਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੁਬਾਰਾ ਮੈਨੂੰ ਲਿਆਂਦਾ ਸਭ ਰਿਹਾ ਸਾਹਮਣੇ ਤੋ ਮੈਂ ਚਾਹੁੰਦਾ ਸੀ ਕੁਛ ਜਿਹੜੇ ਇੰਸਟਰੂਮੈਂਟ ਨੇ ਆਪਣੇ ਪੰਜਾਬ ਦੇ ਫੋਕ ਨੇ ਇੰਸਟਰੂਮੈਂਟ ਜਿਸ ਤਰ੍ਹਾਂ ਕਿ ਇੱਕ ਤਾਰਾ ਤੁੰਬੀ ਜਿਹਨੂੰ ਕਹਿੰਦੇ ਨੇ ਪੰਜਾਬੀ ਉਹ ਵੀ ਮੈਂ ਤੁਹਾਨੂੰ ਨਾਲ ਕੁਛ ਉਹਦੀ ਵੀ ਕੁਛ ਸਾਂਝੀ ਕਰਦਾ ਗੱਲਬਾਤ ਉਹ ਮੈਂ ਤੁਹਾਨੂੰ ਥੋੜਾ ਜਿਹਾ ਸੁਣਾ ਰਿਹਾ ਉਹਦਾ ਵੀ ਟੱਚ ਜੀ ਸਾਡੇ ਪੰਜਾਬੀ ਗਾਇਕੀ ਦੇ ਵਿੱਚ ਜਿੱਥੋਂ ਤੁੰਬੀ ਦੀ ਸ਼ੁਰੂਆਤ ਹੁੰਦੀ ਆ ਜਮਲਾ ਜਾਟੂਣਾ ਤੋਂ ਉਸ ਤੋਂ ਬਾਅਦ ਦੇ ਵਿੱਚ ਕਾਫੀ ਜਿਹੜੇ ਗਾਇਕ ਨੇ ਉਹਨਾਂ ਨੇ ਤੁੰਬੀ ਨੂੰ ਫੋਲੋ ਕੀਤਾ ਤੁੰਬੀ ਦੇ ਨਾਲ ਹੀ ਇੱਕ ਦੋ ਸਾਜ ਹੋਰ ਦੇ ਨਾਲ ਵੀ ਲਾਈਵ ਪਰਫਾਰਮੈਂਸਾਂ ਅਸੀਂ ਪੰਜਾਬ ਦੇ ਵਿੱਚ ਦੇਖੀਆਂ ਨੇ ਪੰਜਾਬ ਦੇ ਮੇਲਿਆਂ 'ਚ ਦੇਖੀਆਂ ਨੇ ਜੋ ਕਿ ਹੁਣ ਇਸ ਟਾਈਮ ਕਾਫੀ ਘੱਟ ਲਾਈਵ ਦੇਖਣ ਨੂੰ ਮਿਲਦੇ ਨੇ ਇਹੋ ਜਿਹੇ ਇੰਸਟਰੂਮੈਂਟ ਸੋ ਉਸ ਇੰਸਟਰੂਮੈਂਟ ਦੇ ਨਾਲ ਸਰਦਾਰ ਕਰਮਜੀਤ ਸਿੰਘ ਮੁੰਦਰੀ ਜੀ ਤੁਹਾਨੂੰ ਇੰਟਰੋਡਿਊਸ ਕਰਾਉਂਗੇ ਜੀ ਸਰ Thank you.
जी क्या बात। थैंक यू जी। तुम भी दे नाल काफ़ी साढ़े जिहड़े पंजाबी पहला गायक होंगे सीगे वो लाइव तुम्बी दे नाल ही गाते होंगे सीगे। तीन बिल्कुल चार बिल्कुल साज होंगे सीगे, ढोलक घड़ा तुम्बी हारमोनीयम। बिल्कुल बिल्कुल। ये बड़े पुराने इंस्ट्रूमेंट है जी, ये एक तारा ते पहला लोग गाते सी, जी ते पिंडा च गड्डिया ते स्टेजां लगदियां सी, ते लोग बैठ के पुंजे ही बैठ जाते ही। एडे अपने पिंडा दे मस्त लोग ने, हाँ जी हाँ ते जी गायकी नूं सुन के ओह बड़ झूमदे सी। एक तारा, एक घड़ा ते जां गागर सी, जी ते ओह वजाउंदे सी नाल हारमोनियम, एक ढोलक हुंदी सी बस, ते जी इह वजाउंदे साज। मंजे जोड़ के ऊपर स्पीकर लगते होंगे सी। मंजे जोड़ के पावियां दे नाल स्पीकर बन के, कई वारी ते उत्थे पिपलां दे धरेकां दे टंगदे ने स्पीकर, ते जी उत्थे ही आम जी सिंपल माइक हुंदे सी, ते उहदे ते ही सब गाउंदे सी। अजकल ते साउंड सिस्टम बहुत तगड़े तगड़े आ गए ने, हाँ जी अपना ट्रकां दे उत्ते साउंड जांदी आ, ते उदों जी इक आम जे साउंड हुंदी सी, ते साइकलां ते लै के आउंदे हुंदे सी, ते साइकलां ते ही ਉਹ ਫਿੱਟ ਕਰਕੇ ਤੇ ਪ੍ਰੋਮ ਕਰਕੇ ਆਪਣਾ ਟਾਈਮ ਪਾਸ ਕਰਦੇ ਸੀ। ਤੇ ਉਹ ਗੱਲਾਂ ਹੁਣ ਤੁਹਾਨੂੰ ਪਤਾ, ਇੱਥੇ ਹੁਣ ਨਵੀਂ ਟੈਕਨੋਲੋਜੀ ਆ ਗਈ ਹੈ, ਨਵਾਂ ਯੁੱਗ ਆ ਗਿਆ ਆ, ਹਰ ਚੀਜ਼ ਕੰਪਿਊਟਰਾਈਜ਼ ਹੋ ਗਈ ਆ, ਤੇ ਹੁਣ ਜੀ ਕੰਪਿਊਟਰ ਦੇ ਅਸੀਂ ਮਿਊਜ਼ਿਕ ਆ। ਉਹੀ ਦੇਖ ਰਹੇ ਸੀਗੇ ਕਿ ਤੁਸੀਂ ਇੱਕ ਉਹ ਜਿਹੜਾ ਪੁਰਾਣਾ ਇੱਕ ਤਾਰਤਾ ਤੋਂ ਲੈ ਕੇ ਜਿਹੜੇ ਅੱਜ ਕੱਲ੍ਹ ਦੇ ਐਡਵਾਂਸ ਇੰਸਟਰੂਮੈਂਟਸ ਨੇ ਹਾਂਜੀ ਉੱਥੋਂ ਤੱਕ ਵੀ ਤੁਸੀਂ ਜਿਹੜੀ ਇੱਕ, ਕਿਉਂਕਿ ਤੁਸੀਂ ਫੋਲੋ ਕੀਤਾ ਜਿਸ ਤਰ੍ਹਾਂ ਵਕਤ ਦੇ ਹਿਸਾਬ ਨਾਲ ਇੰਸਟਰੂਮੈਂਟ ਚੇਂਜ ਹੁੰਦੇ ਗਏ ਹਰ ਇੱਕ ਚੀਜ਼, ਪਰ ਤੁਸੀਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀਗੀਆਂ ਉਹ ਵੀ ਨਹੀਂ ਛੱਡੀਆਂ। ਇਹ ਦੇਖੋ ਜੀ ਤੁਹਾਡੀ ਜਿਹੜੀ ਇੱਕ ਮੈਂ ਖਾਸੀਅਤ। ਬਿਲਕੁਲ ਇਹਦੇ ਨਾਲ ਮੈਂ ਜੁੜਿਆ ਹੋਇਆ, ਕਿਉਂਕਿ ਇਹ ਜਿਹੜੇ ਸਾਜ਼ ਨੇ ਇਹ ਸਾਡੀ ਰੂਹ ਦੇ ਸਾਜ਼ ਨੇ। ਭਾਵੇਂ ਇਲੈਕਟ੍ਰੋਨਿਕ ਬਹੁਤ ਜ਼ਿਆਦਾ ਅੱਗੇ ਛਾ ਗਿਆ ਆ, ਲੇਕਿਨ ਜੋ ਸਾਡੀਆਂ ਇਹ ਪੁਰਾਣੇ ਲਾਈਵ ਸਾਜ਼ ਸੀ, ਇਹਨਾਂ ਵਰਗੀ ਕੋਈ ਚੀਜ਼ ਨਹੀਂ ਹੈਗੀ। ਹੁਣ ਦੇਖੋ ਅਲਗੋਜ਼ੇ ਨੇ, ਤੁੰਬੀ ਆ, ਢਾਡੇ ਆ, ਇਹ ਡਾਰੀਆ ਆ, ਇਹ ਡੱਫ ਹੈਗੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ, ਇਹ ਤੁਹਾਨੂੰ ਜਦੋਂ ਫੋਕ ਸਾਹਮਣੇ ਵੱਜਦੀਆਂ ਤੇ ਉਹਦਾ ਰੰਗ ਹੀ ਹੋਰ ਹੁੰਦਾ ਕੁਛ। ਜੀ ਤੇ ਇਹ ਹੁਣ ਡਾਰੀਆ, ਇਹਦੇ ਹਾਂਜੀ, ਡਾਰੀਆ ਕਿਹਨੂੰ ਕਹਿੰਦੇ ਆ ਜੀ? ਇਹ ਡਾਰੀਆ ਜੀ ਇੱਕ ਇਹ ਚੀਜ਼ ਆ, ਡਾਰੀਆ ਓਕੇ ਇਹ ਡਾਰੀਆ ਜੀ, ਜੀ। ਇਹ ਮੈਨੂੰ ਆਮ ਯਾਦ ਹੈ ਬਿਲਕੁਲ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਆਪਣੇ ਭਾਂਡ ਆਉਂਦੇ ਹੁੰਦੇ ਸੀ। ਬਿਲਕੁਲ ਉਹਨਾਂ ਕੋਲ ਇੱਕ ਡਾਰੀਆ ਹੀ ਚੀਜ਼ ਹੁੰਦਾ ਸੀ, ਹਾਂਜੀ ਜਿਹੜਾ ਜਿਹੜਾ ਲੈ ਕੇ ਤੇ ਉਹ ਸਾਰਿਆਂ ਨੂੰ ਨਚਾ ਜਾਂਦੇ ਸੀ, ਤੇ ਕੁਝ ਹਾਂਜੀ ਬੰਦੇ ਪਿੱਛੇ ਨਾਲ ਤਾੜੀ ਮਾਰਦੇ ਸੀ, ਹਾਂਜੀ ਹਾਂਜੀ ਤੇ ਨਾਲੇ ਇਹ ਹੁੰਦਾ ਸੀ ਡਾਰੀਆ, ਉਹਦੇ ਨਾਲ ਹੀ ਜੀ ਰੰਗ ਬੰਨਦੇ ਸੀ। ਅਜੇ ਵੀ ਪਿੰਡਾਂ ਦੇ ਵਿੱਚ ਪੁਰਾਣੇ ਜਿਹੜੀ ਜਗ੍ਹਾ ਤੇ ਉੱਥੇ ਲੋਕ ਜਾਂਦੇ ਨੇ ਜਿੱਥੇ ਵਿਆਹ ਸ਼ਾਦੀਆਂ ਤੇ ਭਾਂਡ ਉੱਥੇ ਆਉਂਦੇ ਨੇ, ਜੀ ਜੀ ਤੇ ਇਹਦੇ ਨਾਲ ਵੀ ਬੜਾ ਰੰਗ ਬੰਨ ਦਿੰਦੇ ਨੇ। ਇਹ ਆਪਣੇ ਪੰਜਾਬ ਦੀ ਪੁਰਾਣੀ ਚੀਜ਼ ਆ, ਜੀ ਤੇ ਇਹ ਨਾ ਨਾ ਕੋਈ ਸਾਜ਼ ਮਹਿੰਗਾ ਆ, ਤੇ ਬੜਾ ਜੀ ਹਲਕਾ ਜਿਹਾ ਵੀ, ਇਹਨੂੰ ਚੁੱਕਣਾ ਵੀ ਮੁਸ਼ਕਲ ਨਹੀਂ ਕੋਈ। ਜੀ ਤੇ ਇਸੇ ਤਰ੍ਹਾਂ ਹੀ ਹੈ ਜਿਹੜੀ ਢਾਡੇ ਆ, ਉਹ ਵੀ ਬੜੀ ਛੋਟੀ ਜਿਹੀ ਇੱਕ ਚੀਜ਼ ਆ, ਤੇ ਜੀ ਉਹ ਵੀ ਤੁਸੀਂ ਦੇਖੋ ਇਹ ਵੀ ਛੋਟੀ ਚੀਜ਼ ਆ ਔਰ ਸਸਤੀ ਆ, ਔਰ ਇਹਦਾ ਵੀ ਬੜਾ ਰੰਗ ਹੈ ਢਾਡੀਆਂ ਦੇ ਵਿੱਚ। ਜੀ ਚੱਲਦੀ ਸੀ ਨਾਲ ਸਰੰਗੀ ਦੇ ਨਾਲ, ਜੀ ਢੱਡ ਤੇ ਸਰੰਗੀ ਜਿਹੜੇ ਢਾਡੀ ਨੇ ਆਪਣੇ ਅਜੇ ਜੀ ਵੀ ਵਾਰਾਂ ਨੇ, ਉਹਦੇ ਵਿੱਚ ਜੀ ਇਹ ਢੱਡ ਦਾ ਬੜਾ ਵੱਡਾ ਰੋਲ ਆ, ਤੇ ਢੱਡ ਸਰੰਗੀ ਇਹ ਦੋ ਚੀਜ਼ਾਂ ਜਿਹੜੀਆਂ ਅਜੇ ਵੀ ਢਾਡੀਆਂ ਦੇ ਵਿੱਚ ਜਿਹੜੀਆਂ ਬੜੀਆਂ ਪ੍ਰਚਲਿਤ ਨੇ। ਤੇ ਜੀ ਕੋਈ ਵੀ ਢਾਡੀ ਜਿਹੜਾ ਆ ਉਹਦੇ ਵਿੱਚ ਇੱਕ ਬੰਦਾ, ਦੋ ਬੰਦੇ ਢੱਡ ਵਜਾਉਂਦੇ ਨੇ, ਇੱਕ ਬੰਦਾ ਸਰੰਗੀ ਵਾਲਾ ਹੁੰਦਾ, ਇੱਕ ਉਹਨਾਂ ਦਾ ਮੇਨ ਜਥੇਦਾਰ ਹੁੰਦਾ ਆ। ਜੀ ਤੇ ਇਸ ਢਾਡੇ ਕਰਕੇ ਸਰੰਗੀ ਜਿਹੜਾ ਆਪਾਂ ਕਵੀਸ਼ਰੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਹਾਂਜੀ ਉਸਦੇ ਵਿੱਚ ਹਾਂਜੀ ਦੋ ਸਾਜ਼ਾਂ ਦੇ ਨਾਲ ਤੇ ਖਾਸ ਕਰਕੇ ਜਿਹੜੇ ਇਹ ਬਹੁਤ ਵੱਡੇ ਵੱਡੇ ਦੀਵਾਨ, ਵਿਸ਼ਾਲ ਦੀਵਾਨ ਹੁੰਦੇ ਨੇ ਜਿੱਥੇ ਪਰਫਾਰਮ ਕਰਦੇ ਨੇ ਜਿਹੜੇ ਆਪਣੇ ਢਾਡੀ ਜਥੇ ਨੇ, ਤੇ ਉਸ ਦੇ ਬਿਲਕੁਲ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿੱਥੇ ਇੰਸਟਰੂਮੈਂਟ ਢੱਡ ਸਰੰਗੀ
ਦੋ ਚੀਜ਼ਾਂ ਦੇ ਨਾਲ ਇੱਕ ਉਹਦੇ ਵਿੱਚ ਬੁਲੰਦ ਆਵਾਜ਼ ਜਿਹੜੀ ਆ ਉਸ ਦਾ ਬਹੁਤ ਵੱਡਾ ਰੋਲ ਹੁੰਦਾ ਆ ਬਿਲਕੁਲ ਬਿਲਕੁਲ ਬੜੀ ਹਾਈ ਪਿਚ ਆਵਾਜ਼ ਚਾਹੀਦੀ ਆ ਜੀ ਉਹਦੇ ਵਿੱਚ ਫਿਰ ਉਹ ਸਾਰੇ ਆਪਣੇ ਅਲੱਗ ਅਲੱਗ ਆਪਣੇ ਬੰਦ ਜਿਹੜੇ ਨੇ ਉਹਦੇ ਕਵੀਸ਼ਰੀ ਦੇ ਚੁੱਕਦੇ ਨੇ ਜੀ ਤੇ ਨਾਲ ਸਾਜ ਪਲੇ ਕਰਦੇ ਨੇ ਔਰ ਇੱਕ ਬੜਾ ਬੜਾ ਪੰਜਾਬੀ ਦਾ ਬਹੁਤ ਵਧੀਆ ਉਹਨਾਂ ਦਾ ਇੱਕ ਸੈਟਿੰਗ ਹੁੰਦੀ ਆ ਤੇ ਬੜਾ ਹੁੰਦਾ ਸੁਣ ਕੇ ਤੇ ਮੇਲਿਆਂ ਦੇ ਵਿੱਚ ਤੁਸੀਂ ਆਮ ਉਹਨਾਂ ਨੂੰ ਸੁਣਦੇ ਜੇ ਤੇ ਗੁਰਪੁਰਬ ਦੇ ਉੱਤੇ ਜਿੱਥੇ ਵੱਡੇ ਵੱਡੇ ਕਵੀ ਦਰਬਾਰ ਹੁੰਦੇ ਨੇ ਵਿਸ਼ਾਲ ਕੀਰਤਨ ਦਰਬਾਰ ਉੱਥੇ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਇਹ ਫਿਰ ਸਾਡੇ ਕੋਲ ਕਈ ਵਾਰੀ ਇੱਥੇ ਕਈ ਆਉਂਦੇ ਨੇ ਜਿਹੜੇ ਗਾਣੇ ਅੱਜ ਕੱਲ੍ਹ ਪੰਜਾਬੀ ਦੇ ਗਾਣਿਆਂ ਵਿੱਚ ਢੱਡ ਵੀ ਚੱਲਦੀ ਆ ਟੁੰਬੀ ਵੀ ਚੱਲਦੀ ਉਹ ਫਿਰ ਜਿਹੜੇ ਕੁਛ ਪੀਸ ਹੁੰਦੇ ਨੇ ਪਿੱਛੇ ਬੈਕਗਰਾਉਂਡ ਫਿਲਰ ਹੁੰਦੇ ਨੇ ਉਹ ਅਸੀਂ ਆਪ ਇਹਦੇ ਨਾਲ ਫਿਲ ਕਰਦੇ ਹਾਂ ਆਪਣੇ ਗਾਣਿਆਂ ਦੇ ਵਿੱਚ ਤੇ ਇੱਥੋਂ ਅਸੀਂ ਆਪ ਹੀ ਵਜਾ ਕੇ ਫਿਰ ਇਹ ਕੰਮ ਨੂੰ ਅਸੀਂ ਆਪਣਾ ਪੂਰਾ ਕਰ ਲਈਦਾ ਹੈ ਜੀ ਸਰ ਕਾਫੀ ਗੱਲਾਂ ਹੋਈਆਂ ਤੁਹਾਡੇ ਨਾਲ ਤੇ ਇੱਕ ਅਗਲੇ ਸੈਗਮੈਂਟ ਦੇ ਵਿੱਚ ਇੱਕ ਦੋ ਗੀਤ ਜ਼ਰੂਰ ਦਰਸ਼ਕਾਂ ਨੂੰ ਹੋਰ ਸੁਣਾਵਾਂਗੇ ਅਤੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਸੋ ਜਿਸ ਤਰ੍ਹਾਂ ਪ੍ਰੋਗਰਾਮ ਦਾ ਦਸਤੂਰ ਹੈ ਇਸ ਦੇ ਵਿੱਚ ਸਾਨੂੰ ਬ੍ਰੇਕ ਲੈਣੀ ਪੈਂਦੀ ਹੈ ਸੋ ਦਰਸ਼ਕੋ ਇਸੇ ਤਰ੍ਹਾਂ ਜੁੜੇ ਹੋ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਸਾਡੇ ਮਹਿਮਾਨ ਵੀ ਸਾਡੇ ਨਾਲ ਜੁੜੇ ਨੇ ਵਿਹਲਾ ਹੋ ਚੱਲਿਆ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਫਿਲਾਡਲਫੀਆ ਪੈਨਸੋਲੇਨੀਆ ਦੇ ਸਟੂਡੀਓ ਤੋਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਅੱਜ ਦੇ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਸਾਡੇ ਖਾਸ ਮਹਿਮਾਨ ਕਰਮਜੀਤ ਸਿੰਘ ਜੀ ਮੁੰਦਰੀ ਸਵਾਗਤ ਹੈ ਮੁੰਦਰੀ ਜੀ ਤੁਹਾਡਾ ਬ੍ਰੇਕ ਤੋਂ ਬਾਅਦ ਥੈਂਕ ਯੂ ਜੀ ਨਿਕਬਾਰ ਜੀ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਜੀ ਆਪਣੇ ਪੰਜਾਬ ਦੇ ਕੁਛ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਟੱਪੇ ਪੰਜਾਬ ਦੇ ਦਰਸ਼ਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਦਿੱਤੀਆਂ ਜਾ ਸਕਦੀਆਂ ਨੇ ਪਰ ਕਲਾਕਾਰ ਨੇ ਆਪਣੇ ਢੰਗ ਨਾਲ ਇਹਨੂੰ ਗਾਇਆ ਆ ਕੋਠੇ ਤੇ ਆ ਮਾਈਆਂ ਕੋਠੇ ਤੇ ਆ ਮਾਈਆਂ ਚੰਨ ਪਾਵੇ ਚੜੇ ਨਾ ਚੜੇ ਸਾਨੂੰ ਤੇਰੀ ਲੋੜ
कोठे ते को नए ओ ओ कोठे ते को नए ओ मिलना ते रब नुए तेरा प्यार बहाना है ओ मिलना ते रब नू तेरा प्यार बहाना फुला में गुलाब दया फुला में गुलाब दया ओ किथे तेनु सांब रखा वे मेरे माये दे बाग दिया ओ किथे तेनु सांब रखा तेरे माये दे बाग दिया ओ मेरे माये दे बाग दिया मेरे माये दे बाग दिया जी। ये साड़ा फोक रंग जेड़े टप्पे ने ये साड़े पंजाब दा फोक सी जी और जेड़ा कई तरीके नाल कई आर्टिस्टा ने बहुत ज्यादा ने ये रिकॉर्ड कराया है और अज भी ये ताजा आ अज भी जो आप सुनते हैं ये साड़ी रूह ताजी हो जाती है क्योंकि इन्हां च सच आ और लोगों का जुड़िया है ये सारा विरसा है इहदे नाल जी। इहदे टप्पिआं राहीं काफ़ी जेड़े मैसेज भी दिते जाते ने ताने मेने भी दिते जाते ने ते सो आपां दर्शकां दसना चाहवांगे कि जिस तरह तुसी इस फील्ड दे विच अगे तुसी दस्सिया तुहाडे एक बेटे ने जिहड़े कि इंजीनियर ने रिकॉर्डिस्ट ने होर तुहाडी फैमिली दे विचों अगे म्यूजिक फील्ड दे विच होर कौन है। देखो जी इस तरह सी कि मेरे तो ही इन्हों शौक पैदा होया सी लेकिन मैं चाहुंदा नहीं सी कि इस फील्ड विच आउण पर एक कुदरती गल हुंदी आ कि अंदर जिहड़ा गुण हुंदा उह छुपदा नहीं गा ते मैं तो इन्हों कहा भी तुम पढ़ के अपने फील्ड में निकलो पर इन्होंने मुड़ के नाल नाल मेरे छोटे बेटे ने की बीटेक इलैक्ट्रॉनिक कम्युनिकेशन इंजीनियरिंग उस तो बाद इन्हें साउंड इंजीनियरिंग की रिकॉर्डिस्ट हूँ इंजीनियर आ रिकॉर्डिंग करता सारा मिक्सिंग मास्टरिंग करता आ और मैं सारा म्यूजिक करता हाँ कुछ काम असी बाहरों भी जिस तरह कोई असी नहीं जरा करते मान लो सुरंगी का आ वायलन आ फल्यूट आ यहोज इंस्ट्रूमेंट असी बार जोड़े होर चंगे म्यूजिशियन ने असी उन्होंने भेज के उन्होंने को भी ये काम करवाने तो सारा म्यूजिक अं इतें कंपोज करते हैं। तो जोड़ा मेरा व्डा बेटा आ बाबा जी की कृपा ना कनेडा च चला गया बीटेक आई टी करके और उ पढ़ाई तो बाद सैटल हो गया तो भी बड़ा अच्छा एक मल्टी टैलेंटड म्यूजिशियन आ अपना एक उत्थे भी स्टूडियो रन कर रहा आ वह ना राज कमल सिंह आ जिन्हें भी इतों अपने पंजाब तो वे आर्टिस्ट जाते हैं उन्होंने वो अपना बैंड लैके तो कम करता आ भी उत्थे बैठा आ एडमिंटन के असी रल के उतों भी कम सूँ कई आर्टिस्टा का आता है हमने अं एक गाना ने लेटैसट बना रहे हैं तो वह म्यूजिक भी उन्हें भी किया इतने भी कुछ बनया वो साडा छेती हूँ उम्मीद है टी सीरीज असी लॉन्च करा वो बड़े वे बजट का एक रिकॉर्ड होया इस तरह साडा कम इतने असी रागे रिकॉर्ड करते हैं शब्द गुरबाणी सारा कुछ बैकग्राउंड भी ड्रामिया भी रिकॉर्ड करते हैं और सौग भी अजक अजक सीकुंस चल रहा है बीट सीकुंस हो रही वैसटर्न बीट चल रही है वह भी असी इतने रिकॉर्ड करते हैं। तो असी ये नाल नाल मैं काफ़ी चिर पहला भी और हूँ भी जोड़े बड़े स्पीसीफिकेटेड जे प्रोग्राम ने जिस तरह महफिली प्रोग्राम ने गीत गज़ल के मैं वह भी इतने अटेंड करदा खास करके बड़े सोबर क्लास के
ਤੇ ਉਹਦੇ 'ਚ ਮੈਂ ਪੁਰਾਣੇ ਹਿੰਦੀ ਗੀਤ ਵੀ ਲੋਕ ਸਾਡੇ ਕੋਲ ਫਰਮਾਇਸ਼ ਕਰਦੇ ਨੇ ਸੁਣਦੇ ਨੇ ਉਹ ਵੀ ਮੈਂ ਤੁਹਾਨੂੰ ਸੁਣਾਵਾਂਗਾ ਅਤੇ ਉਹਦੇ 'ਚ ਮੈਂ ਤੁਹਾਨੂੰ ਜਿਹੜੇ ਆ ਇੰਸਟਰੂਮੈਂਟ ਜਿਹਾ ਜਿਹੜਾ ਮੈਂ ਵਜਾ ਰਿਹਾ ਕੀਬੋਰਡ ਇਹਦੇ ਵਿੱਚ ਜਿਸ ਤਰ੍ਹਾਂ ਕੋਈ ਅਸੀਂ ਇੰਸਟਰੂਮੈਂਟ ਜਿਹੜੇ ਨੇ ਜਿਸ ਤਰ੍ਹਾਂ ਰਿਦਮ ਦੇ ਇੰਸਟਰੂਮੈਂਟ ਨੇ ਕਹੀ ਜਿੱਦਾਂ ਢੋਲ ਆ ਉਹ ਅਸੀਂ ਇਹਦੇ ਵਿੱਚੋਂ ਵੀ ਲਾਈਵ ਅਸੀਂ ਪਲੇ ਕਰਦੇ ਹਾਂ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਤੁਹਾਨੂੰ ਨਜ਼ਰ ਆ ਰਿਹਾ ਹੈ ਆਪਣਾ ਕੀਬੋਰਡ ਜੀ 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 ਹਾਂ ਮੈਂ ਤੇ ਆਪਣੇ ਤੁਹਾਨੂੰ ਕੋਲ ਸਰ 2 ਮਿੰਟ ਨੇ ਅੱਛਾ ਜੀ ਉਸ ਦੇ ਵਿੱਚ ਹੀ ਅੱਛਾ ਠੀਕ ਹੈ ਜੀ ਮੈਂ ਤੁਹਾਨੂੰ ਹਾਂਜੀ ਇਹਦੇ 'ਚ ਹੀ ਢੋਲਦਾ ਰੰਗ ਹੈ ਹਾਂਜੀ ਆਵਾਜ਼ ਆ ਰਹੀ ਤੁਹਾਨੂੰ ਹਾਂਜੀ ਹਾਂਜੀ ਦੇਖੋ ਜੀ ਇਹ ਇੰਸਟਰੂਮੈਂਟ ਦੇ ਵਿੱਚ ਅਸੀਂ ਇੱਕ ਸੈੱਟ ਕੀਤਾ ਹੋਇਆ ਕਈ ਵਾਰੀ ਢੋਲ ਜਿਹੜਾ ਆ ਇੱਥੋਂ ਵੀ ਅਸੀਂ ਕਰ ਲੈਂਦੇ ਹਾਂ ਲਾਈਵ ਵੀ ਲੈ ਲੈਂਦੇ ਹਾਂ ਜਿਸ ਤਰ੍ਹਾਂ ਦਾ ਸਾਡਾ ਕੋਈ ਸੈਟਿੰਗ ਹੋਵੇ ਇਸ ਤਰ੍ਹਾਂ ਦਾ ਅਸੀਂ ਕਰ ਲੈਂਦੇ ਹਾਂ ਇਹ ਤੁਸੀਂ ਸੁਣਿਆ ਇਹਦੇ ਵਿੱਚ ਹਾਂਜੀ ਆਪਾਂ ਜਦੋਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਆਪਾਂ ਨੂੰ ਹੁੰਦਾ ਹੈ ਕਿ ਆਪਣੇ ਕੋਲ ਪੂਰਾ ਇੱਕ ਘੰਟਾ ਹੈਗਾ ਆ ਪਰ ਜਦੋਂ ਗੱਲਾਂ ਕਰਦੇ ਹਾਂ ਤੇ ਗੱਲਾਂ 'ਚੋਂ ਗੱਲਾਂ ਕਈ ਰਹਿ ਵੀ ਜਾਂਦੀਆਂ ਨੇ ਇਹੋ ਹੀ ਤਾਂ ਦਿਲ ਦੀਆਂ ਗੱਲਾਂ ਦੇ ਪ੍ਰੋਗਰਾਮ ਦੀ ਖਾਸੀਅਤ ਤਾਂ ਹੈਗੀ ਆ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਜਾਂਦੇ ਜਾਂਦੇ ਜੋ ਵੀ ਅੱਜ ਕੱਲ੍ਹ ਚੱਲ ਰਿਹਾ ਆ ਮੰਨ ਲਓ ਕਿਸਾਨਾਂ ਦਾ ਆ ਕੁਛ ਵੀ ਹੈਗਾ ਵਾ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਕਿਸਾਨ ਬੜੇ ਜ਼ੋਰਾਂ ਸ਼ੋਰਾਂ ਦੇ ਉੱਤੇ ਕਾਫੀ ਦਿਨਾਂ ਤੋਂ ਉੱਥੇ ਬਾਰਡਰਾਂ 'ਤੇ ਬੈਠੇ ਨੇ ਜਾ ਕੇ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਜਾਇਜ਼ ਨੇ ਉਹਨਾਂ ਨੂੰ ਮੰਨ ਲਿਆ ਜਾਵੇ ਅਤੇ ਅਸੀਂ ਵੀ ਦੁਆ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਜਿਹੜੇ ਲੋਕ ਉੱਪਰ ਨੇ ਜਿਨ੍ਹਾਂ ਨੇ ਮੰਗਾਂ ਪੂਰੀਆਂ ਕਰਨੀਆਂ ਆ ਉਹਨਾਂ ਨੂੰ ਉਹ ਸਮਰੱਥ ਬਖਸ਼ ਤਾਂ ਕਿ ਉਹ ਇਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਔਰ ਇਹ ਆਪਣੀ ਖੁਸ਼ੀ ਖੁਸ਼ੀ ਇਹ ਜਿੱਤ ਕੇ ਘਰ ਨੂੰ ਆਉਣ ਕਿਉਂਕਿ ਕਾਫੀ ਜਿਹੜੇ ਕਿਸਾਨ ਨੇ ਉੱਥੇ ਆਪਣੀ ਜਾਨ ਗੁਆ ਚੁੱਕੇ ਨੇ ਅਤੇ ਮੈਂ ਇੱਕ ਪਾਤਰ ਸਾਹਿਬ ਦਾ ਗੀਤ ਵੀ ਗਾਇਆ ਸੀ ਉੱਥੇ ਇਹ ਮੇਲਾ ਹੈ ਅਤੇ ਉਹ ਬਹੁਤ ਲੋਕਾਂ ਨੇ ਪਿਆਰ ਵੀ ਦਿੱਤਾ ਉਹਨੂੰ ਉਹ ਫੇਸਬੁੱਕ 'ਤੇ ਯੂਟਿਊਬ 'ਤੇ ਵੀ ਹੈਗਾ ਆ ਅਤੇ ਇਹ ਮੇਲਾ ਹੈ ਅਤੇ ਉਹ ਮੈਂ ਕਿਸਾਨਾਂ ਦੇ ਮੁੱਦੇ 'ਤੇ ਇੱਕ ਪਾਤਰ ਸਾਹਿਬ ਨੇ ਲਿਖਿਆ ਸੀ ਉਹ ਮੈਂ ਗਾਇਆ ਉੱਥੇ ਅਤੇ ਉੱਥੇ ਤੁਸੀਂ ਸੁਣ ਵੀ ਸਕਦੇ ਜੇ ਅਤੇ ਸਾਰੇ ਦਰਸ਼ਕ ਵੀ ਉੱਥੋਂ ਸੁਣ ਸਕਦੇ ਨੇ ਕਿ ਸਾਡੀ ਤਾਂ ਦੁਆ ਇਹੋ ਆ ਕਿ ਇਹ ਇਹ ਛੇਤੀ ਤੋਂ ਛੇਤੀ ਜਿਹੜਾ ਆ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ ਤਾਂ ਕਿ ਇਹ ਮੰਗਾਂ ਜਾਇਜ਼ ਨੇ ਔਰ ਸਾਰੇ ਕਿਸਾਨਾਂ ਨੂੰ ਉੱਥੋਂ ਆਪਣੀ ਰਾਹਤ ਮਿਲੇ ਔਰ ਆਪਣੇ ਖੁਸ਼ੀ ਖੁਸ਼ੀ ਪਰਿਵਾਰਾਂ ਦੇ ਵਿੱਚ ਆਉਣ ਅਤੇ ਮੈਂ ਜਾਂਦੇ ਜਾਂਦੇ ਇੱਕ ਤੁਹਾਨੂੰ ਛੋਟਾ ਜਿਹਾ ਜਿਹੜਾ ਇੱਕ ਗੀਤ ਸੀ ਉਹ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਹਾਂ ਸਰ ਟਾਈਮ ਆਪਣਾ ਹੋ ਗਿਆ ਪੂਰਾ ਅੱਛਾ ਜੀ ਅੱਛਾ ਜੀ ਹਾਂ ਚਲੋ ਸੋ ਫਿਰ ਮੌਕਾ ਫਿਰ ਜ਼ਰੂਰ ਆਪਾਂ ਇਕੱਠੇ ਹੋਵਾਂਗੇ ਕਿਸੇ ਅਗਲੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਈਵੈਂਟ ਦੇ ਉੱਪਰ ਜਾਂ ਫਿਰ ਜਦੋਂ ਤੁਸੀਂ ਇੱਧਰਲੇ ਮੁਲਕਾਂ ਦੇ ਵਿੱਚ ਵੀ ਆਉਂਦੇ ਆ ਉਦੋਂ ਕਿਤੇ ਮੁਲਾਕਾਤ ਕਰਾਂਗੇ ਤੁਹਾਨੂੰ ਆਪਣੇ ਸਟੂਡੀਓ ਦੇ ਵਿੱਚ ਲਿਆ ਕੇ ਕੁਛ ਖਾਸ ਚੀਜ਼ ਜ਼ਰੂਰ ਦੇਵਾਂਗੇ ਸੋ ਦਰਸ਼ਕੋ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਜਸ ਪਰਿਵਾਰ ਦੇ ਕਿਸੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਅਤੇ ਅੱਜ ਦੇ ਲਈ ਇੰਨਾ ਹੀ ਕਾਫੀ ਹੈ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲ ਸਮਾਂ ਜਿਹੜਾ ਆ ਇਜਾਜ਼ਤ ਨਹੀਂ ਦਿੰਦਾ ਗੱਲਾਂ ਬਹੁਤ ਸਾਰੀਆਂ ਦਿਲ ਦੇ ਵਿੱਚ ਨੇ ਕਮਲਜੀਤ ਉਹਨਾਂ ਦੇ ਮੁੰਦਰੀ ਸਾਹਿਬ ਦੇ ਦਿਲ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਰਨੀਆਂ ਬਾਕੀ ਰਹਿ ਗਈਆਂ ਨੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਜੁੜਾਂਗੇ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ